ਭਾਈ ਮੈਂ ਦਿਹਾੜੀ ਕਰਦਾ, ਕੋਈ ਆਪਣਾ ਬਿਜ਼ਨਸ ਨਹੀਂ, ਕੋਈ ਕੁਛ ਨਹੀਂ। ਠੀਕ ਹੈ, ਦਿਹਾੜੀ ਕਰਦਾ, ਰਾਤ ਨੂੰ ਆ ਕੇ 9 ਵਜੇ ਤੋਂ ਬਹਿ ਗਏ, ਡੇਢ 2 ਵਜੇ ਤੱਕ ਬੈਠੀ ਦਾ। ਠੀਕ ਹੈ ਇਹ ਭਾਈ ਸ਼ੁਰੂ ਹੀ ਕੀਤਾ ਹੈ, ਇਹਨੂੰ 8 ਦਿਨ ਲੱਗ ਗਏ ਆ ਭਾਈ, 8 ਰਾਤਾਂ ਲੱਗ ਗਈਆਂ ਇਹਨੂੰ ਬਾਈ। ਅੱਛਾ, ਸ਼ੁਰੂ ਕਰਦੇ ਆ ਇਹ ਇੰਨੇ ਜੀ? ਹਾਂਜੀ, ਇਹ ਦੌਣ ਇਦਾਂ ਸ਼ੁਰੂ ਹੋ ਗਈ, ਆ ਲਾਲ ਜਿਹੜਾ ਧਾਗਾ ਰਿਹਾ ਦੌਣ ਪਊਗੀ। ਹਾਂਜੀ, ਆ ਬਾਕੀ ਇਹਦਾ ਸ਼ੁਰੂ ਹੋ ਗਿਆ। ਤੇ ਇਹ ਬਾਈ ਮੰਜਾ ਜਿਹੜਾ ਬੋਨਾ, ਵੇਖ ਤੂੰ ਬਾਹਰ ਕਿਤੇ ਬੁਣੇ ਆ ਮੰਜੇ ਜਿਹੜਾ ਤੂੰ ਇਹਦੇ ਵਿੱਚ ਬਣਾਉਣ ਲੱਗਾ? ਨਹੀਂ ਬਾਈ, ਨਹੀਂ ਮੈਨੂੰ ਆਉਂਦਾ ਨਹੀਂ ਹੈਗਾ, ਇਹਦੇ ਵਿੱਚ ਮੇਰੀ ਮੰਮੀ ਹੈਲਪ ਕਰ ਰਹੀ ਆ। ਵੀ ਦੱਸੀ ਜਾਂਦੇ ਨਾਲ, ਦੱਸੀ ਜਾਂਦੇ, ਇੱਥੋਂ ਹੀ ਧਾਗਾ ਨਗਾ ਦੇ, ਇੱਥੋਂ ਹੀ ਨਗਾ ਦੇ, ਮੈਂ ਨਗਾ। ਬਾਈ ਆਪਾਂ ਮਾਲਕ ਤੋਂ ਡਰ ਕੇ ਕਹਿੰਦੇ ਆ, ਐਵੇਂ ਤੀਲੀ ਸਾਰ ਹੋਵੇ, ਛੇਕ ਛੋਟਾ ਜਿਹਾ ਹੀ, ਉਹਦੇ ਵਿੱਚ ਵੀ ਚੀਜ਼ ਬਣਾ ਦਵਾਂਗੇ, ਥੱਲਾ ਚੌੜਾ ਹੋਣਾ ਚਾਹੀਦਾ। ਹੁਣ ਬਣਾਇਆ ਕੋਈ ਚੀਜ਼? ਹਾਂਜੀ ਹਾਂਜੀ ਬਾਈ, ਛੋੜੇ ਮੂੰਹ ਵਾਲੀਆਂ ਬਹੁਤ ਬੋਤਲਾਂ ਹੈਗੀਆਂ ਆਪਣੇ ਤੋਂ। ਅੱਛਾ, ਹਾਂਜੀ, ਆਹ ਦੇਖੋ ਬਾਈ, ਆਪਾਂ ਸੈਂਪਲ ਇੱਕ ਤਿਆਰ ਕੀਤਾ ਜੀ, ਉੱਦਾਂ ਬੋਤਲਾਂ ਤਾਂ ਬਹੁਤ ਬਣੀਆਂ ਆਪਣੇ ਤੋਂ। ਦੇਖੋ ਇਹਦਾ ਮੂੰਹ ਦੇਖੋ, ਛੋਟਾ ਜਿਹਾ, ਫਿਰ ਚੌੜਾਈ ਤੇ ਫਿਰ ਛੋਟਾ ਮੂੰਹ, ਹਨਾ? ਹਾਂਜੀ, ਵੀ ਇੱਥੇ ਜਾ ਕੇ ਜੇ ਦੇਖੀਏ ਤੀਲ ਵੀ ਜ਼ਿਆਦਾ ਘੁੰਮਣੀ ਨਹੀਂ ਗਈ ਇਹਦੇ ਵਿੱਚ। ਤੀਜੇ ਪੋਰਸ਼ਨ ਤੇ ਜਾ ਕੇ ਦੇਖੋ ਬਣੀ ਹੋ ਤੁਹਾਨੂੰ, ਹਨਾ? ਇਹ ਬਾਈ ਬਹੁਤ ਮਹਿੰਗਾ ਮਿਲਦਾ, ਦਿਹਾੜੀ ਧੱਪੇ ਵਾਲਾ ਬੰਦਾ ਮੈਂ। ਅੱਛਾ, ਮੈਂ ਤਾਂ ਬਹੁਤ ਸ਼ੌਂਕ, ਮਹਿੰਗਾ ਪੈਂਦਾ ਸ਼ੌਂਕ ਹੈ। ਅੱਛਾ ਬਾਈ, ਹਾਂਜੀ, ਆਹ ਬੋਤਲ ਬਾਈ 200 ਦੀ ਮਿਲੀ ਹੋ ਮੈਨੂੰ, ਆ ਖਾਲੀ ਬੋਤਲ, ਖਾਲੀ ਬੋਤਲ 200 ਦੀ ਮਿਲੀ ਹੋ ਬਾਈ ਇਹ। ਅੱਛਾ ਬਾਈ, ਹਾਂਜੀ, ਕਬਾੜ ਚ ਸਪੈਸ਼ਲ ਭਾਜੀ, ਸਾਥੀ ਬੋਤਲ ਦਿੰਦੇ ਨਹੀਂ ਹੈਗੇ ਕਬਾੜੀਏ। ਅੱਛਾ ਬਾਈ, ਹੋਰ ਵਿੱਚ ਆਹ ਦੇਖੋ ਰੇੜਾ ਬਣਾਤਾ ਸੀ, ਜਿੱਦਾਂ ਆਪਾਂ ਲੱਕੜ ਤੋਂ ਬਾਅਦ ਮੈਂ ਕੋਈ ਚੀਜ਼ ਨੀ ਇਹ ਚ ਯੂਜ ਕਰਦਾ। ਆਹ ਦੇਖੋ ਚਾਰਖਾ ਬਣਾਇਆ ਪੂਰਾ, ਜੇ ਕੋਈ ਚਾਰਖੇ ਚ ਗਲਤੀ ਕੱਢ ਦੇਵੇ ਤੇ ਆਪਾਂ ਨੂੰ ਮੰਨ ਜਾਵਾਂ ਗੇ ਬਾਈ। ਆਹ ਦੇਖੋ ਪੂਰਾ ਤੰਦ ਤੁੰਦ ਪੂਰਾ ਧਾਗਾ ਲੱਕੜ ਦਾ ਵੀਰ ਬਣਿਆ, ਇਹਨੂੰ ਪੇਂਟ ਕਰਦੇ ਆ ਅਸੀਂ ਵਿੱਚ। ਅੱਛਾ, ਪਹਿਲਾਂ ਫਿਰ ਬਾਹਰ ਬਣਾਉਣੇ, ਇੱਕ ਵਾਰ ਪੀਸ ਕੱਟਦੇ ਆ ਜਾਂ ਕੀ ਕਰਦੇ ਹੋ? ਨਹੀਂ, ਬਾਹਰ ਮੈਂ ਵੀਰੇ ਬਣਾਉਂਦਾ ਨਹੀਂ ਹੈਗਾ, ਮੈਂ ਡਰਾਇੰਗ ਕਰਦਾ ਉਹਦੀ ਪਹਿਲਾਂ। ਅੱਛਾ, ਪੇਪਰ ਤੇ? ਹਾਂ, ਡਰਾਇੰਗ ਕਰਕੇ ਪੂਰੀ ਨਕਸ਼ਾ ਬਣਾ ਕੇ ਫਿਰ ਮੈਂ ਵਿੱਚ ਇਹਦਾ ਕੰਮ ਕਰਦਾ। ਹਾਂਜੀ ਦੋਸਤੋ, ਸਵਾਗਤ ਆ ਬਹੁਤ ਵਧੀਆ ਵੀਡੀਓ ਦੇ ਵਿੱਚ। ਅੱਜ ਆਪਾਂ ਖੜੇ ਹਾਂ ਪਿੰਡ ਰੰਧਾਵਾ ਬਰੋਟਾ ਹੁਸ਼ਿਆਰਪੁਰ ਦੇ ਨੇੜੇ, ਤੇ ਅੱਜ ਤੁਹਾਨੂੰ ਇੱਕ ਕਲਾਕਾਰ ਬੰਦੇ ਨਾਲ ਮਿਲਾਉਣ ਲੱਗਾ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਦਿਖਾਉਣਾ ਵਾ ਕਿ ਬਾਈ ਦੀ ਕਲਾਕਾਰੀ ਕੀ ਆ। ਆਹ ਦੇਖੋਗੇ ਵੱਖ ਵੱਖ ਤਰ੍ਹਾਂ ਦੀਆਂ ਬੋਤਲਾਂ ਪਈਆਂ, ਤੇ ਇਹਦੇ ਵਿੱਚ ਜਿਹੜਾ ਸਮਾਨ ਬਣਾਇਆ ਹੋਇਆ ਵਾ, ਤੇ ਨਾਲ ਆਪਣੇ ਹੋਊਗਾ ਬਾਈ ਬਗੀਚਾ, ਬਗੀਚਾ ਸਿੰਘ ਬਾਈ, ਇਹ ਬਾਈ ਕਲਾਕਾਰ ਆ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਬਾਈ ਆ ਜਾਓ ਇੱਥੇ ਨੇ ਬਾਈ। ਇਹ ਫਿਰ ਕਿੰਨੇ ਕੁ ਟਾਈਮ ਤੋਂ ਬਣਾ ਰਹੇ ਹੋ ਇਹ ਚੀਜ਼ਾਂ? ਇਹ ਬਾਈ ਮੈਨੂੰ 10 ਤੋਂ 12 ਸਾਲ ਹੋ ਗਏ। ਅੱਛਾ, 10-12 ਸਾਲ ਤੋਂ ਬਣਾ ਰਹੇ ਹਾਂ। 10 ਤੋਂ 12 ਸਾਲ। ਠੀਕ ਹੈ, ਅਤੇ ਬਾਈ ਹੁਣ ਤੱਕ ਕੀ ਕੀ ਬਣਾਇਆ ਵਾ, ਕਿੰਨੀਆਂ ਕੁ ਬੋਤਲਾਂ ਦੇ ਵਿੱਚ ਤੁਸੀਂ ਸਮਾਨ ਇਹ ਬਣਾਤਾ ਵਾ? ਬਾਈ ਇਹ ਤਾਂ ਬੋਤਲ ਮੈਂ ਤਾਂ 100 ਦੇ ਕਰੀਬ ਹੈਗੀ ਆ। ਅੱਛਾ, ਅਤੇ ਥੋੜ੍ਹਾ ਕੰਮ ਚੱਲਦਾ ਪਿਆ ਰੋਜ਼, ਥੋੜੀਆਂ ਮੈਂ ਦਿਖਾ ਰਿਹਾ, ਥੋੜੀਆਂ ਸਾਫ ਸੂਫ ਕਰਨ ਵਾਲੀਆਂ ਬੋਤਲਾਂ ਸੀਗੀਆਂ। ਹਾਂ ਵੀ ਆਹ ਥੋੜੀਆਂ ਹੀ ਆਪਾਂ ਦਿਖਾਉਣ ਲੱਗੇ ਹਾਂ ਨਾ, ਥੋੜੀਆਂ ਬੋਤਲਾਂ ਵੀ ਆ, ਬਲਬ ਵੀ ਹੈਗੇ ਆ। ਇਹ ਬਾਈ ਫਿਰ ਬੋਤਲਾਂ ਹੀ ਮਿਲ ਜਾਂਦੀਆਂ ਜਾਂ ਇਹ ਬਾਈ ਮੈਂ ਕਬਾੜ ਚੋਂ ਲੈ ਕੇ ਆਉਂਦਾ ਮੁੱਲ ਬੋਤਲਾਂ? ਅੱਛਾ, ਹਾਂਜੀ, ਮੁੱਲ ਲੈ ਕੇ ਆਉਂਦੇ? ਖਾਲੀ ਬੋਤਲ ਲੈ ਕੇ ਆਉਂਦਾ, ਘਰ ਆ ਕੇ ਧੋ ਕੇ ਸਫਾਈ ਕਰਕੇ ਚੰਗੀ ਤਰ੍ਹਾਂ, ਫਿਰ ਦੂਏ ਤੀਜੇ ਦਿਨ ਇਹਦਾ ਕੰਮ ਸ਼ੁਰੂ ਕਰਦਾ। ਇੱਕ ਵੀ ਕਹਿੰਦੇ ਬੋਤਲ ਮਿਲਦੀਆਂ ਵੀ ਮਹਿੰਗੀਆਂ ਬਹੁਤ ਤੁਹਾਨੂੰ? ਇਹ ਬਾਈ ਬਹੁਤ ਮਹਿੰਗੀਆਂ ਮਿਲਦੀਆਂ, ਦਿਹਾੜੀ ਧੱਪੇ ਵਾਲਾ ਬੰਦਾ ਮੈਂ। ਅੱਛਾ, ਮੈਂ ਤਾਂ ਬਹੁਤ ਸ਼ੌਂਕ, ਮਹਿੰਗਾ ਪੈਂਦਾ ਸ਼ੌਂਕ ਹੈ। ਅੱਛਾ ਬਾਈ, ਹਾਂਜੀ, ਆਹ ਬੋਤਲ ਬਾਈ 200 ਦੀ ਮਿਲੀ ਹੋ ਮੈਨੂੰ, ਆ ਖਾਲੀ ਬੋਤਲ, ਖਾਲੀ ਬੋਤਲ 200 ਦੀ ਮਿਲੀ ਹੋ ਬਾਈ ਇਹ। ਅੱਛਾ ਬਾਈ, ਹਾਂਜੀ, ਕਬਾੜ ਚ ਸਪੈਸ਼ਲ ਭਾਜੀ, ਸਾਥੀ ਬੋਤਲ ਦਿੰਦੇ ਨਹੀਂ ਹੈਗੇ ਕਬਾੜੀਏ। ਅੱਛਾ, ਹਾਂਜੀ, ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਬਹੁਤ ਮਹਿੰਗਾ ਕੰਮ ਇਹ ਪੈਂਦਾ। ਠੀਕ ਹੈ, ਨਹੀਂ ਉਹ ਇੰਨੀਆਂ ਮਹਿੰਗੀਆਂ ਦਿੰਦੇ ਕਿਉਂ? ਪਹਿਲਾਂ ਤਾਂ ਇਹੀ ਜੇ ਗੱਲ ਕੀਤੀ ਆ। ਇਹ ਭਾਜੀ ਉਹ ਪ੍ਰੋਫਿਟ ਹੋਊਗਾ ਨਾ, ਫਿਰ ਕੀ ਪਜੂਗਾ ਜੇ 2 ਰੁਪਏ ਬੋਤਲ ਦੇ ਦੂਗੇ? ਅੱਛਾ, ਪ੍ਰੋਫਿਟ 2 ਰੁਪਏ ਦੀ ਲੈ ਕੇ 200 ਦੀ ਵੇਚਦੇ ਆ। ਹਾਂਜੀ, ਮੇਰੇ ਨਾਲ ਚੱਲ ਚੱਲੇ ਵਾ, ਕੋਈ ਚੱਕਰ ਨਹੀਂ। ਠੀਕ ਆ, ਤੇ ਇਸੇ ਬੋਤਲ ਨੂੰ ਚੱਕੋ ਪਹਿਲਾਂ, ਇਹਦੇ ਵਿੱਚ ਤੁਸੀਂ ਰਿਵੋਲਵਰ ਬਣਾਇਆ ਹੋਇਆ ਹੈ ਨਾ? ਇਹ ਭਾਜੀ ਰਿਵੋਲਵਰ ਵੀਰ ਮੇਰਾ ਬਣਾਇਆ ਹੈਗਾ, ਇਹ ਤਿਆਰੀ ਇਹਦੀ ਚੱਲਦੀ ਆ ਹਲੇ। ਹਾਂਜੀ, ਇਹਦਾ ਕਲਰ ਹੋਣਾ। ਹਾਂਜੀ, ਇਹ 6 ਵਾਲਾ ਰਿਵੋਲਵਰ ਬਣਾਇਆ ਵੀਰੇ ਇਹ। ਠੀਕ ਆ, ਗੋਲੀਆਂ ਗਾਲੀਆਂ ਸਾਰੀਆਂ ਦਿਖਾਈਆਂ, ਸਾਰਾ ਪੂਰਾ ਸਮਾਨ ਇਹ ਦਿਖਾਇਆ। ਲੱਕੜ ਦਾ ਵੀਰੇ ਬਣਦਾ ਇਹ, ਇਹ ਲੱਕੜ ਦਾ ਬਣਿਆ ਹੋਇਆ? ਲੱਕੜ ਦਾ ਵੀਰੇ ਬਣਿਆ, ਇਹਨੂੰ ਪੇਂਟ ਕਰਦੇ ਆ ਅਸੀਂ ਵਿੱਚ। ਅੱਛਾ, ਪਹਿਲਾਂ ਫਿਰ ਬਾਹਰ ਬਣਾਉਣੇ, ਇੱਕ ਵਾਰ ਪੀਸ ਕੱਟਦੇ ਆ ਜਾਂ ਕੀ ਕਰਦੇ ਹੋ? ਨਹੀਂ, ਬਾਹਰ ਮੈਂ ਵੀਰੇ ਬਣਾਉਂਦਾ ਨਹੀਂ ਹੈਗਾ, ਮੈਂ ਡਰਾਇੰਗ ਕਰਦਾ ਉਹਦੀ ਪਹਿਲਾਂ। ਅੱਛਾ, ਪੇਪਰ ਤੇ? ਹਾਂ, ਡਰਾਇੰਗ ਕਰਕੇ ਪੂਰੀ ਨਕਸ਼ਾ ਬਣਾ ਕੇ ਫਿਰ ਮੈਂ ਵਿੱਚ ਇਹਦਾ ਕੰਮ ਕਰਦਾ। ਅੱਛਾ, ਠੀਕ ਆ, ਤੇ ਕਿੰਨਾ ਟਾਈਮ ਲੱਗ ਗਿਆ ਬਈ ਇਹਨੂੰ ਬਣਾਉਣ ਤੇ? ਇਹਨੂੰ ਬਾਈ ਇਹਨੂੰ 5 ਰਾਤਾਂ ਲੱਗੀਆਂ, ਆਪਾਂ ਤੋਂ ਜਾਣੀ ਕਿ ਘੰਟੇ ਘੰਟਿਆਂ ਦੇ ਹਿਸਾਬ ਨਾਲ ਹੁੰਦਾ, ਦਿਨਾਂ ਦੇ ਹਿਸਾਬ ਨਾਲ ਨਹੀਂ ਹੁੰਦਾ। ਹਾਂ ਹਾਂ ਹਾਂ, ਹਾਂਜੀ, ਘੰਟੇ ਲੱਗਦੇ ਇਹਨੂੰ, ਜਿੱਦਾਂ ਕਿ 5 ਰਾਤਾਂ ਲੱਗ ਗਈਆਂ ਇਹਨੂੰ ਘੰਟਿਆਂ ਦੇ ਹਿਸਾਬ ਨਾਲ ਹੁਣ ਤੱਕ ਦੇ ਹਜੇ ਪੇਂਟ ਕਰਨਾ। ਹਾਂਜੀ ਹਾਂਜੀ, ਹਾਲੇ ਚੱਲਦਾ ਕੰਮ ਇਹਦਾ। ਅੱਛਾ, ਹਾਂਜੀ, ਘੰਟਿਆਂ ਹਿਸਾਬ ਨਾਲ ਬਾਈ ਲੱਗਦੀਆਂ, ਬਹੁਤ ਟਾਈਮ ਲੱਗਦਾ ਇਹਨੂੰ ਰਾਤ ਨੂੰ। ਹਾਂਜੀ, ਤੇ ਇਸ ਤੋਂ ਬਾਅਦ ਬਾਈ ਤੁਸੀਂ ਜਿਵੇਂ ਇੱਕ ਆਹ ਹੁਣ ਸ਼ੁਰੂ ਕੀਤਾ ਹੋਇਆ ਵਾ ਮੰਜਾ, ਹੈ ਨਾ? ਹਾਂਜੀ ਹਾਂਜੀ ਬਾਈ, ਇਹਨੂੰ ਚੱਕਿਓ। ਲਓ ਬਾਈ ਜੀ, ਇਹ ਵੀ ਬੋਤਲ ਇੰਪੋਰਟੈਂਟ ਹੀ ਲੱਗਦੀ ਹੈ ਨਾ? ਹਾਂਜੀ, ਇਹ ਤਾਂ ਬੋਤਲ
ਮੇਰੇ ਯਾਰ ਦੋਸਤ ਨੇ ਦੇਤੀ ਸੀ ਵਿੱਚ, ਯਾਰ ਦੋਸਤ ਮੇਰੇ ਬਹੁਤ ਹੈਲਪ ਕਰਦੇ ਆ। ਅੱਛਾ ਹਾਂਜੀ, ਜੇ ਮੇਰੇ ਕੋਈ ਚੀਜ਼ ਲੋੜਵੰਦ ਆ ਉਹ ਮੈਨੂੰ ਦਿੰਦੇ ਆ ਪੈਸੇ। ਹਾਂ ਫਿਰ ਵੀ ਪਰ ਲੋੜ ਤੋਂ ਵੱਧ ਸਮਾਨ ਮੁੱਲ ਲਿਆਉਣਾ ਪੈਂਦਾ ਸਾਨੂੰ ਵੀ, ਦਿਨੇ ਕੰਮ ਕਰਦੇ ਜਾਣਾ ਰਾਤ ਨੂੰ ਫਿਰ ਤੁਸੀਂ ਇਹ ਲਈ ਟਾਈਮ ਕੱਢਦੇ। ਹਾਂਜੀ ਭਾਈ, ਮੈਂ ਦਿਹਾੜੀ ਕਰਦਾ, ਕੋਈ ਆਪਣਾ ਬਿਜ਼ਨਸ ਨਹੀਂ, ਕੋਈ ਕੁਛ ਨਹੀਂ। ਠੀਕ ਹੈ, ਦਿਹਾੜੀ ਕਰਦਾ ਰਾਤ ਨੂੰ ਆ ਕੇ 9 ਵਜੇ ਤੋਂ ਬਹਿ ਗਏ। ਹਾਂ, ਡੇਢ ਦੋ ਵਜੇ ਤੱਕ ਬੈਠੀ ਦਾ। ਠੀਕ ਹੈ, ਹਾਂਜੀ। ਅੱਛਾ, ਉਹਨਾਂ ਟਾਈਮ ਇੱਥੇ ਫਿਰ ਸਾਰੀ ਦਿਨ ਮਿਹਨਤ ਕਰਨੀ ਹੈ ਨਾ। ਹਾਂਜੀ, ਸੌਣ ਦਾ ਟਾਈਮ ਵੀ ਘੱਟ ਜਾਂਦਾ ਹੈ ਨਾ ਬਈ। ਸੌਣ ਦਾ ਟਾਈਮ ਤਾਂ ਬਾਈ ਫਿਰ ਦੀ ਹੈ, ਫਿਰ ਜੇ ਚੀਜ਼ ਬਣਾਉਣੀ ਫਿਰ ਟਾਈਮ ਤੇ। ਆਹ ਹੁਣ ਮੰਜਾ ਜਿਹੜਾ ਤੁਸੀਂ ਤਿਆਰ ਕਰੀ ਜਾਂਦੇ ਹੈ ਨਾ। ਹਾਂਜੀ ਹਾਂਜੀ, ਇਹ ਹਜੇ ਤਾਂ ਸ਼ੁਰੂ ਹੀ ਕੀਤਾ ਹੈ ਨਾ। ਇਹ ਬਾਈ ਸ਼ੁਰੂ ਹੀ ਕੀਤਾ ਹੈ, ਇਹਨੂੰ 8 ਦਿਨ ਲੱਗ ਗਏ ਆ ਬਾਈ, 8 ਰਾਤਾਂ ਲੱਗ ਗਈਆਂ ਇਹਨੂੰ ਬਾਈ। ਅੱਛਾ, ਸ਼ੁਰੂ ਕਰਦੇ ਆ ਜੀ ਇਹਨੇ ਜੀ। ਹਾਂਜੀ, ਇਹ ਦੌਣ ਇੱਦਾਂ ਸ਼ੁਰੂ ਹੋ ਗਈ, ਆਹ ਲਾਲ ਜਿਹੜਾ ਧਾਗਾ ਰਿਹਾ ਦੌਣ ਪਊਗੀ। ਹਾਂਜੀ, ਆਹ ਬਾਕੀ ਇਹਦਾ ਸ਼ੁਰੂ ਹੋ ਗਿਆ। ਤੇ ਇਹ ਬਾਈ ਮੰਜਾ ਜਿਹੜਾ ਬੁਣਨਾ, ਵੈਸੇ ਤੂੰ ਬਾਹਰ ਕਿਤੇ ਬੁਣੇ ਆ ਮੰਜੇ ਜਿਹੜਾ ਤੂੰ ਇਹਦੇ ਵਿੱਚ ਬਣਾਉਣ ਲੱਗਾ? ਨਹੀਂ ਬਾਈ, ਨਹੀਂ ਮੈਨੂੰ ਆਉਂਦਾ ਨਹੀਂ ਹੈਗਾ, ਇਹਦੇ ਵਿੱਚ ਮੇਰੀ ਮੰਮੀ ਹੈਲਪ ਕਰ ਰਹੀ ਆ। ਵੀ ਦੱਸੀ ਜਾਂਦੀ ਇੱਥੋਂ ਧਾਗਾ ਨਗਾ ਦੇ, ਇੱਥੋਂ ਹੀ ਨਗਾ ਦੇ, ਮੈਂ ਨਗਾ ਰਿਹਾ। ਠੀਕ ਹੈ, ਮੇਰੀ ਮੰਮੀ ਮੇਰੇ ਨਾਲ ਹੈਲਪ ਪੂਰੀ ਕਰ ਰਹੀ ਹੈ ਬਾਈ। ਠੀਕ ਹੈ ਬਾਈ, ਠੀਕ। ਹਾਂਜੀ, ਜੇ ਆਪਾਂ ਨੂੰ ਪਹਿਲਾਂ ਆਪਣੀ ਮਾਂ ਨੂੰ ਦਿਖਾਈ ਦੀ ਚੀਜ਼, ਹਾਂ, ਫਿਰ ਦੂਜੇ ਬੰਦੇ ਨੂੰ ਦਿਖਾਈ ਦੀ ਅਸੀਂ, ਜੇ ਪਾਸ ਕਰਤੀ ਹਾਂ ਫਿਰ ਦੂਜੇ ਬੰਦੇ ਦਿਖਾਉਣੀ ਆ। ਠੀਕ ਹੈ ਬਾਈ, ਤੇ ਹਜੇ ਤੱਕ ਬਾਈ ਕਿਸੇ ਨੇ ਇਹ ਸਮਾਨ ਖਰੀਦਿਆ ਵੀ ਇਹਦੇ ਤੋਂ ਕਿ ਨਹੀਂ? ਨਹੀਂ ਬਾਈ, ਕਿਸੇ ਨੇ ਖਰੀਦਿਆ ਨਹੀਂ। ਇੱਕ ਮੇਰਾ ਯਾਰ ਦੋਸਤ ਸੀਗਾ, ਉਹ ਮੈਨੂੰ ਵੈਸੇ ਬੋਤਲ ਲੈ ਗਿਆ ਮੇਰੇ ਤੋਂ। ਹਾਂ, ਤੇ ਕੋਈ ਖਰੀਦਿਆ ਖਰੀਦਿਆ ਨਾ ਕਿਸੇ ਆਪਾਂ ਨੂੰ ਪੈਸਾ ਦਿੱਤਾ ਨਾ ਕੋਈ, ਬਾਈ ਇੱਦੀ ਬਸ ਆਪਣਾ ਸ਼ੌਂਕ ਇੱਦੀ ਚੱਲੀ ਜਾਂਦਾ। ਬਿਲਕੁਲ, ਤੇ ਨਹੀਂ ਬਾਈ, ਮਿਹਨਤ ਜਿਹੜੇ ਹਿਸਾਬ ਨਾਲ ਤੁਸੀਂ ਕਰਦੇ ਹਾਂ, ਵਾਕਈ ਮਿਹਨਤ ਦਾ ਮੁੱਲ ਵੀ ਮਿਲਣਾ ਚਾਹੀਦਾ ਵਾ। ਚਲੋ ਆਉਣ ਵਾਲੇ ਟਾਈਮ 'ਚ, ਕਿਉਂਕਿ ਹਜੇ ਜਿਵੇਂ ਤੁਸੀਂ ਕਹਿੰਦੇ ਵੀ ਪ੍ਰੈਕਟਿਸ ਹੀ ਕਰੀ ਜਾਂਦੇ ਵੀ ਇਹਨੂੰ ਹੋਰ ਨਿਖਾਰੀ ਜਾਂਦੇ ਆ। ਹਾਂਜੀ, ਉਹ ਮਾਲਕ ਨੇ ਉੱਪਰਲੇ ਕਲਾ ਦਿੱਤੀ, ਮੈਂ ਨਿਖਾਰੀ ਜਾਊਂਗਾ ਜਿੰਨੇ ਚੱਕਰ ਮੇਰੇ ਜੀਂਦੀ ਜਾਨ ਆ। ਹਾਂ ਹਾਂ ਹਾਂ, ਤੇ ਇਸ ਤੋਂ ਇਲਾਵਾ ਹੋਰ ਬਾਈ ਜੀ ਕੀ ਬਣਾਇਆ ਉਹ ਵੀ ਦਿਖਾ। ਬਾਈ ਹੋਰ ਇਹਦੇ ਵਿੱਚ ਆਹ ਦੇਖੋ, ਰੇੜਾ ਬਣਾਤਾ ਸੀ ਜਿੱਦਾਂ ਆਪਾਂ ਕੰਮ ਕਰੀਦਾ। ਹਾਂਜੀ, ਲੇਬਰ ਜਿਹੜੀ ਕੰਮ ਕਰਦੀ ਇੱਥੇ, ਇੱਟਾਂ ਢੋਈਦੀਆਂ ਬਾਈ, ਪੱਠੇ ਤੇ ਵੀ ਚੱਲਦਾ ਇਹ। ਹਾਂ, ਪੂਰਾ ਰਵਾਨਾ ਇਹ, ਟਾਇਰ ਸ਼ਾਇਰ। ਤੇ ਇਹ ਬਾਈ ਸਾਰਾ ਜਿੰਨਾ ਇਹ ਲੱਕੜ ਦਾ ਹੀ ਇਹ ਕੰਮ ਹੁੰਦਾ ਇਹ ਬਾਈ? ਟੋਟਲੀ ਬੋਤਲ ਲੱਕੜ ਦੀ ਬਣਦੀ ਆ। ਅੱਛਾ, ਲੱਕੜ ਤੋਂ ਬਾਅਦ ਮੈਂ ਕੋਈ ਚੀਜ਼ ਨਹੀਂ ਇਹ 'ਚ ਯੂਜ਼ ਕਰਦਾ। ਆਹ ਦੇਖੋ, ਚਾਰਖਾ ਬਣਾਇਆ ਪੂਰਾ, ਜੇ ਕੋਈ ਚਾਰਖੇ 'ਚ ਗਲਤੀ ਕੱਢ ਦੇਵੇ ਤਾਂ ਆਪਾਂ ਨੂੰ ਮੰਨ ਜਾਵਾਂ ਕਿ ਬਾਈ। ਆਹ ਦੇਖੋ, ਪੂਰਾ ਤੰਦ ਤੁੰਦ, ਪੂਰਾ ਧਾਗਾ ਤੱਕਲਾ ਪੂਰਾ ਨਗਾਇਆ ਬਾਈ। ਆਹ ਦੇਖੋ, ਧਾਗੇ ਦੇ ਵਿੱਚ ਦੀ ਪਿੱਛੇ ਉਹਦੀ ਕਿਆ ਬਾਤ, ਆਹ ਤੱਕਲਾ ਜਿਵੇਂ ਨਗਾਇਆ ਹੁਣ ਇਹ ਵਿੱਚ ਰੱਖ ਕੇ ਨਗਾਇਆ ਹੋਊਗਾ ਤੁਸੀਂ, ਹੈ ਨਾ? ਹਾਂਜੀ ਬਾਈ, ਸਾਰਾ ਕੰਮ ਇਹਦੇ ਬੋਤਲ ਦੇ ਵਿੱਚ ਹੀ, ਬੋਤਲ ਦੇ ਵਿੱਚ ਹੀ ਬਾਈ ਬਣਦਾ ਏ। ਭਾਵੇਂ ਕੋਈ ਮੈਨੂੰ ਸ਼ਰਤ ਲਾ ਕੇ ਰੱਖ ਜਾਵੇ ਬੰਦਾ, ਮੈਂ ਬੋਤਲ ਦੇ ਵਿੱਚ ਹੀ ਬਣਾ ਕੇ ਦਿਖਾਉਂ। ਅੱਛਾ ਬਾਈ, ਹਾਂਜੀ, ਇੱਕ ਵਾਰ ਡਰਾਇੰਗ ਕਰਨੀ ਪੈਂਦੀ ਬਾਈ ਬਾਹਰ। ਠੀਕ ਹੈ, ਹਾਂਜੀ, ਡਰਾਇੰਗ ਤੋਂ ਬਾਅਦ ਇਹ ਸਟਾਰਟ ਹੋ ਜਾਂਦਾ ਏ। ਕਟਿੰਗ ਫਿਰ ਬਾਹਰ ਪਹਿਲਾਂ ਕਰ ਲੈਂਦੇ ਜੀ ਨਾਲ ਦੀ ਨਾਲ? ਨਹੀਂ, ਕਟਿੰਗ ਜੀ ਤਾਂ ਨਾਲ ਦੇ ਨਾਲ ਹੀ ਹੁੰਦੀ ਬਾਜੀ। ਅੱਛਾ, ਹਾਂਜੀ, ਜਿੱਦਾਂ ਚੀਜ਼ ਬਣੀ ਗਈ ਉਹ ਸੈਂਪਲ ਵਿੱਚ ਜਾਈ ਜਾਣੇ ਇੱਥੋਂ ਦੀ। ਹਾਂ, ਉਹ ਫਿਰ ਮੇਰੇ ਤੋਂ ਸਮਾਨ ਹੀ ਇੱਦਾਂ ਦਾ, ਮੇਰੇ ਤੋਂ ਟੂਲ ਇੱਦਾਂ ਦਾ, ਉਹ ਫਿਰ ਵਿੱਚ ਜੋੜਿਆ ਜਾਂਦਾ। ਬਾਈ ਟਾਈਮ ਬਹੁਤ ਲੱਗਦਾ, ਟਾਈਮ ਤਾਂ ਫਿਰ ਲੱਗਣਾ ਹੀ। ਹਾਂਜੀ, ਨਾ ਕੋਈ ਮੇਰੇ ਨਾਲ ਬੈਠ ਸਕਦਾ, ਬਹੁਤ ਜ਼ਿਆਦਾ ਟਾਈਮ ਲੱਗ, ਕਿਉਂਕਿ ਹੁਣ ਇੰਨੀ ਕੁ ਜਗ੍ਹਾ ਵੇਚਦੀ, ਸਾਰਾ ਸਮਾਨ ਪਹਿਲਾਂ ਲੰਘਾਉਣਾ ਫਿਰ ਉਹਨੂੰ ਵਿੱਚ ਹੀ ਤਿਆਰ ਕਰਨਾ, ਹੈ ਨਾ? ਹਾਂਜੀ ਬਾਈ, ਆਪਾਂ ਮਾਲਕ ਤੋਂ ਡਰ ਕੇ ਕਹਿੰਦੇ ਹਾਂ, ਐਵੇਂ 30 ਸਾਰ ਹੋਵੇ, 6 ਛੋਟਾ ਜਿਹਾ ਹੀ, ਉਹਦੇ ਵਿੱਚ ਵੀ ਚੀਜ਼ ਬਣਾ ਦੇਵਾਂਗੇ, ਥੱਲਾ ਚੌੜਾ ਹੋਣਾ ਚਾਹੀਦਾ। ਹੁਣ ਬਣਾਇਆ ਕੋਈ ਚੀਜ਼? ਹਾਂਜੀ ਹਾਂਜੀ ਬਾਈ, ਛੋਟੇ ਮੂੰਹ ਵਾਲੀਆਂ ਬਹੁਤ ਬੋਤਲਾਂ ਹੈਗੀਆਂ ਆਪਣੇ ਤੋਂ। ਅੱਛਾ, ਹਾਂਜੀ, ਆਹ ਦੇਖੋ ਬਾਈ, ਆਪਾਂ ਸੈਂਪਲ ਇੱਕ ਤਿਆਰ ਕੀਤਾ ਜੀ, ਉੱਦਾਂ ਬੋਤਲਾਂ ਤਾਂ ਬਹੁਤ ਬਣੀਆਂ ਆਪਣੇ ਤੋਂ। ਦੇਖੋ ਇਹਦਾ ਮੂੰਹ, ਦੇਖੋ ਛੋਟਾ ਜਿਹਾ, ਫਿਰ ਚੌੜਾਈ ਤੇ ਫਿਰ ਛੋਟਾ ਮੂੰਹ, ਹੈ ਨਾ? ਹਾਂਜੀ, ਵੀ ਇੱਥੇ ਜਾ ਕੇ ਜੇ ਦੇਖੀਏ ਤੀਲ ਵੀ ਜ਼ਿਆਦਾ ਘੁੰਮਣੀ ਨਹੀਂ ਗਈ ਇਹਦੇ ਵਿੱਚ। ਤੀਜੇ ਪੋਰਸ਼ਨ ਤੇ ਜਾ ਕੇ ਦੇਖੋ ਬਣੀ ਹੋਊ ਆ ਚੀਜ਼। ਹਾਂਜੀ, ਫਿਰ ਪੇਂਟ ਵੀ ਵਿੱਚ ਕਰਦੇ ਆ? ਪੇਂਟ ਵੀ ਵਿੱਚ ਬਾਈ ਕਰਦੇ ਆ। ਦੇਖੋ ਪੇਂਟ ਲੱਗਾ ਵੀ ਆ ਸ਼ੀਸ਼ੀ ਨੂੰ ਹੋਲੇ, ਥੋੜਾ ਥੋੜਾ ਦੇਖੋ, ਆ ਦੇਖੋ। ਹਾਂਜੀ, ਪੇਂਟ ਲੱਗਾ ਜੇ ਆਪਾਂ ਧਿਆਨ ਨਾਲ ਦੇਖੀਏ, ਪੇਂਟ ਲੱਗਾ। ਹਾਂਜੀ ਹਾਂਜੀ, ਪੇਂਟ ਵੀ ਵਿੱਚ ਹੀ ਹੋ ਰਿਹਾ, ਸਾਰਾ ਫਿਟਿੰਗ ਵਿੱਚ ਹੀ ਹੋ ਰਹੀ ਬਾਈ। ਬੋਤਲ ਤੋੜਨੀ ਨਹੀਂ ਹੈਗੀ ਬਾਈ, ਇਹਦਾ ਦੇਖ ਲਓ ਕਿੰਨਾ ਮੂੰਹ ਛੋਟਾ, ਛੋਟੇ ਤੋਂ ਛੋਟੇ ਬਾਈ ਲਿਆ ਮੂੰਹ ਤੋਂ, ਤੀਲ ਲੰਘਦੀ ਹੋਵੇ ਆਪਾਂ ਵਿੱਚ ਫੋਟੋ ਬਣਾ ਕੇ ਦੇ ਦੇਵਾਂਗੇ ਬੰਦੇ ਨੂੰ। ਅੱਛਾ ਬਾਈ, ਹਾਂਜੀ ਬਾਈ, ਜਿੰਨਾ ਮਰਜ਼ੀ ਸੈਂਟ ਵਾਲੀ ਸ਼ੀਸ਼ੀ ਲਿਆ ਕੋਈ, ਛੋਟੇ ਤੋਂ ਛੋਟੇ ਮੂੰਹ ਵਾਲੀ। ਹਾਂਜੀ ਹਾਂਜੀ ਹਾਂਜੀ, ਆ ਬਾਈ ਕਿਸ਼ਤੀ ਬਣਾਈਓ, ਇਹ ਕਿਸ਼ਤੀ ਆ ਬਾਈ ਇਹ। ਹਾਂਜੀ, ਕਿਸ਼ਤੀਆਂ ਆਮ ਦੇਖਣ ਨੂੰ ਮਿਲਦੀਆਂ ਨੇ, ਚਲੋ ਮੇਰੇ ਦਿਮਾਗ 'ਚ, ਚਲੋ ਕਿਸ਼ਤੀ ਬਣਾਉਂਦੇ ਦੇਖ ਲਓ ਬਾਈ, ਪੂਰੀ ਕਿਸ਼ਤੀ ਆ, ਤੁਸੀਂ ਵੀ ਦੇਖ ਲਓ, ਕੋਈ ਜੋੜ ਨਹੀਂ ਕੋਈ ਵੀ ਦੀਦਾ। ਹਾਂ ਹਾਂ, ਕੋਈ ਇਹਦੀ ਪੂਰੀ ਸਫਾਈ ਦੇਖ ਲਓ ਕਿੰਨੀ ਆ। ਬਿਲਕੁਲ ਬਿਲਕੁਲ, ਉਹਨੂੰ ਵਿੱਚ ਪੂਰੇ ਜੋੜ ਉਹਦੇ ਲਾਉਣੇ, ਫਿਰ ਉਹਨੂੰ ਪੇਂਟ ਕਰਨਾ, ਹੈ ਨਾ? ਹਾਂਜੀ ਬਾਈ, ਇਹ ਪੂਰੀ ਨੈਚੁਰਲ ਲੱਕੜ ਆ ਇਹ। ਠੀਕ ਹੈ, ਆਹ ਦੇਖ ਲਓ, ਬਾਜ ਬਿਠਾਇਆ, ਖਜੂਰ ਦਾ ਪੇਟ ਆਏ ਬਾਈ, ਆਹ ਚੀਜ਼ ਵੀ ਆ। ਹੁਣ ਛੋਟੀ ਛੋਟੀ ਕਟਿੰਗ ਕਰਕੇ ਇਹਦੇ ਵਿੱਚ ਪਹਿਲਾਂ ਭੇਜੀ ਹੋਗੀ, ਤੇ ਫਿਰ ਉਹਨੂੰ ਇਹਦੇ ਉੱਪਰ ਖੜਿਆਇਆ ਹੋਇਆ ਦੇਖੋ। ਹਾਂਜੀ, ਜਿਹੜਾ ਮੇਨ ਚੀਜ਼ ਜਿਹੜੀ ਆ ਵੀ ਉਹ ਫੁੱਲ ਦੇ ਉੱਪਰ ਇੱਕ ਨੁੱਕਰ ਤੇ ਖੜਿਆ ਤਾ, ਖਜੂਰ ਦਾ ਪੇਟ ਆ ਬਾਈ ਇਹ ਬਣਾਇਆ ਇਹ। ਹਾਂਜੀ ਹਾਂਜੀ, ਖਜੂਰ ਬਣਾ ਕੇ ਤੇ
ਠੀਕ ਹੈ ਉਹ ਨਹੀਂ ਬਾਈ ਆਪਾਂ ਨੂੰ ਕੋਈ ਚੱਕਰ ਚੀਜ਼ ਬਣਾਉਣਾ ਦੇਖੋ ਡਰੈਸਿੰਗ ਟੇਬਲ ਵਿੱਚ ਸ਼ੀਸ਼ਾ ਲਾਇਆ ਬਾਈ ਚਮਕਾਰ ਪੈ ਰਹੀ ਸ਼ੀਸ਼ੇ ਦੀ ਹਾਂਜੀ ਪੂਰੀ ਚਮਕਾਰ ਪੈ ਰਹੀ ਬੁੜੀਆਂ ਡਰੈਸਿੰਗ ਟੇਬਲ ਤਿਆਰ ਤੂ ਹੋ ਰਹੀਆਂ ਹਾਂਜੀ ਹਾਂਜੀ ਇਹ ਬਾਈ ਅਸੀਂ ਕਲਰ ਆਪੂ ਨਹੀਂ ਕੀਤਾ ਇਹਨੂੰ ਲੱਕੜ ਦਿਖਾਉਣ ਦੇ ਬਾਰੇ ਅੱਛਾ ਲੋਕ ਮੰਨਦੇ ਨਹੀਂ ਹੈਗੇ ਜੇ ਕਲਰ ਕਰ ਦਈਏ ਅਤੇ ਇਹਨੂੰ ਬਾਈ ਪਤਾ ਨਹੀਂ ਕਲਰ ਕੀਤਾ ਆ ਵੀ ਕਹਿੰਦੇ ਜਾਂ ਕਾਗਜ਼ ਹਾਂਜੀ ਕਈ ਕਹਿੰਦੇ ਪਲਾਸਟਿਕ ਆ ਕੋਈ ਕੁਛ ਵੀ ਆ ਪਰ ਬਾਈ ਹੈਗੀ ਓਰੀਜਨ ਲੱਕੜ ਆ ਇਹ ਅੱਛਾ ਬਾਈ ਟਾਲੀ ਵੀ ਵਰਤਦਾ ਮੈਂ ਵਿੱਚ ਹਾਂਜੀ ਵਧੀਆ ਲੱਕੜ ਵਰਤਦਾ ਬਾਈ ਠੀਕ ਹੈ ਹਾਂਜੀ ਤੂੰ ਆਹ ਵੀ ਰੇੜਾ ਇੱਥੇ ਹੈਗਾ ਹੈ ਨਾ ਹਾਂਜੀ ਇਹ ਬਾਈ ਆਪਣਾ ਪੰਜਾਬੀ ਵਿਰਸਾ ਇੱਕ ਬੋਲਦ ਵਾਲਾ ਰੇੜਾ ਜ਼ਿਮੀਂਦਾਰ ਹਾਂਜੀ ਪੱਠੇ ਢੋਂਦੇ ਹੁੰਦੇ ਤੇ ਉਹ ਵੀ ਹੁਣ ਖਤਮ ਹੋ ਗਿਆ ਬਾਈ ਹਾਂ ਹਾਂ ਇਹ ਇੱਕ ਬੋਲਦ ਵਾਲਾ ਰੇੜਾ ਬਾਈ ਇਹ ਪੂਰਾ ਇਹਨੂੰ ਕਿੰਨਾ ਟਾਈਮ ਲੱਗ ਗਿਆ ਸੀ ਬਾਈ ਬਣਾਉਣ ਤੇ ਇਹਨੂੰ ਤਾਂ ਬਾਈ ਥੋੜ੍ਹਾ ਟਾਈਮ ਲੱਗਾ ਸੀ ਉੱਦਾਂ ਵੀ ਝੂਠ ਨਹੀਂ ਬੋਲਣਾ ਆਪਾਂ ਇਹਨੂੰ ਥੋੜ੍ਹਾ ਟਾਈਮ ਦੋ ਰਾਤਾਂ ਲੱਗੀਆਂ ਸੀ ਇਹਨੂੰ ਬਾਈ ਦੋ ਰਾਤ ਹਾਂਜੀ ਵੀ ਆਹ ਜਿਹੜਾ ਦੂਜਾ ਤੇਰਾ ਇਹ ਬਾਈ ਟੈਕਨੀਕਲ ਕੰਮ ਬਾਲਾ ਹੈਗਾ ਹਨਾ ਹਾਂਜੀ ਹਾਂਜੀ ਬਾਈ ਇਹ ਮੰਜੇ ਦਾ ਬਾਲਾ ਫਿਰ ਬਾਹਰ ਮੰਜਾ ਤਾਂ ਬਾਹਰ ਹੀ ਨਹੀਂ ਬਾਈ ਬੁਣਿਆ ਜਾਂਦਾ ਸੀ ਦੇਖੋ ਤਾਂ ਹਾਂਜੀ ਉਹ ਤੇ ਵੀ ਟਾਈਮ ਲੱਗਾ ਹਾਂਜੀ ਉਹ ਤਾਂ ਪੁਰਾਣੀਆਂ ਬੁੜੀਆਂ ਬੁਣ ਸਕਦੀਆਂ ਆਪਣੀਆਂ ਤੇ ਇਹ ਤਾਂ ਬਾਈ ਫਿਰ ਵਿੱਚ ਆ ਇਹ ਕਿੰਨੇ ਟਾਈਮ 'ਚ ਬਣ ਜੂ ਬਾਈ ਹੁਣ ਅੰਦਾਜ਼ਾ ਇਹ ਤਾਂ ਬਾਈ ਹੁਣ ਇੱਦਾਂ ਚੱਕਰ ਮੈਂ ਥੋੜ੍ਹਾ ਥੱਕ ਜਾਂਦਾ ਮੇਰਾ ਕੰਮ ਥੋੜ੍ਹਾ ਹੈਵੀ ਆ ਇਹ ਬੈਠਣ ਦੇ ਸਿਰ 'ਤੇ ਹੁੰਦਾ ਬਾਈ ਹਾਂ 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 ਇਹ ਮੈਂ ਦੇਖੂੰਗਾ ਹੁਣ ਜਿੰਨੀ ਵੀ ਮੇਰੀ ਕੋਸ਼ਿਸ਼ ਹੁੰਦੀ ਜਲਦੀ ਹੁੰਦੀ ਆ ਠੀਕ ਹੈ ਬਾਈ ਆਪਾਂ ਕਿਹੜਾ ਕਿਸੇ ਵੇਚਣੀ ਚੀਜ਼ਾਂ ਗਿਫਟ ਆਪਾਂ ਆਪਣੇ ਵੱਲੋਂ ਜਲਦੀ ਬਣਾਈ ਦੀ ਆ ਬਿਲਕੁਲ ਬਾਕੀ ਬਾਈ ਆਪਾਂ ਬਲਬਾਂ ਦੀ ਕਾਰਡ ਕੱਢੀ ਸੀਗੀ ਇਹ ਬਲਬ ਬਾਈ ਇਹ ਆਪਾਂ ਜੱਗ ਦੇ ਘਰ ਨੇ 60 ਵਾਟ ਦੇ ਬਲਬ ਆ ਇਹ ਹਾਂਜੀ ਅਤੇ ਬਾਈ ਇਹ ਦੂਜਾ ਮੈਂ ਤਾਂ 150-200 ਪੀਸ ਬਣਿਆ ਠੀਕ ਹੈ ਇਹ ਝੁੰਬਰ ਬਾਈ ਬਣਦਾ ਇਹਨਾਂ ਦਾ ਅੱਛਾ ਝੁੰਬਰ ਬਣਦਾ ਬਲਬਾਂ ਦਾ ਜੱਗਦੇ ਆ ਬਾਈ ਇਹ ਸਾਰੇ ਵਿੱਚ ਫੋਟਾਂ ਇਹਨਾਂ ਦੇ ਸਰਕਾਰਾਂ ਦੀਆਂ ਫੋਟਾਂ ਇਹ ਸਾਰੀਆਂ ਬਾਈ ਇਹ ਠੀਕ ਹੈ ਹਾਂਜੀ ਮੰਡਾਲੀ ਵਾਲੀ ਸਰਕਾਰ ਦੀਆਂ ਫੋਟਾਂ ਵਿੱਚੋਂ ਨਕੁੰਦਰ ਵਾਲੀ ਸਰਕਾਰ ਦੀ ਫੋਟੋ ਆ ਬਾਈ ਆਹ ਦੇਖੋ ਉੱਪਰੋਂ ਇੱਧਰੋਂ ਜਾਣੀ ਕਿ ਇੰਨੇ ਚੋਂ ਬਣਾ ਕੇ ਫੋਟੋ ਵਿੱਚ ਭੇਜੀ ਹਾਂਜੀ ਹਾਂਜੀ ਬਾਈ ਆਪਣੀ ਕੰਮ ਕਰਦਾ ਰਿਹਾ ਜਾਂ ਕਰ ਰਿਹਾ ਹਨਾ ਉਸ ਹਿਸਾਬ ਨਾਲ ਉਹ ਜੇ ਸਮਾਨ ਤਿਆਰ ਕਰੀ ਜਾਂਦਾ ਤਿਆਰ ਕਰੀ ਜਾਂਦਾ ਬਾਈ ਜਿਹੜਾ ਮੇਰੇ ਰੇਲ ਜ਼ਿੰਦਗੀ ਚੱਲਦਾ ਉਹ ਹੀ ਹੈ ਇਹ ਕਿਸਮ ਦਾ ਇਹ ਬਾਈ ਠੀਕ ਹੈ ਬਾਕੀ ਜੋ ਕਿਸੇ ਖੁਸ਼ੀ ਆ ਉਹ ਵੀ ਬਣਾ ਦੇਵਾਂਗੇ ਅਸੀਂ ਹਾਂ ਹਾਂ ਜੋ ਵੀ ਕਿਸੇ ਹੁਣ ਤਾਂ ਹੁਣ ਜਿਹੜਾ ਸਮਾਨ ਤੁਸੀਂ ਦੇਖਿਆ ਹੁੰਦਾ ਜਾਂ ਜਿਹੜਾ ਸਮਾਨ ਵਰਤਦੇ ਆ ਹਾਂਜੀ ਰੋਜ਼ ਹਨਾ ਵੀ ਕੰਮ ਤੇ ਹਾਂਜੀ ਉਹ ਜਿਹਾ ਬਣਾਈ ਜਾਂਦੇ ਆ ਉਹ ਜਿਹਾ ਬਣਾਈ ਜਾਂਦੇ ਆ ਬਾਈ ਬਾਕੀ ਕੋਠੀਆਂ ਦੇ ਵੀ ਨਕਸ਼ੇ ਬਣਾ ਦਈਦੇ ਆ ਬਾਈ ਇਹ ਆਪਾਂ ਹਾਂਜੀ ਹਾਂ ਦੇਖੋ ਬਾਈ ਇਹ ਸੈਂਪਲ ਬਣਾਏ ਕੋਠੀ ਦਾ ਇਹ ਅਸੀਂ ਪੂਰਾ ਜਾਣ ਕੇ ਧੁਰ ਚੜ੍ਹੀ ਨਹੀਂ ਇਹ ਸਾਡੇ ਤੋਂ ਅਸੀਂ ਹਟ ਗਏ ਇਹਨੂੰ ਬਣਾਉਣੋਂ ਠੀਕ ਹੈ ਹਾਂਜੀ ਇਹਨੂੰ ਪੌੜੀ ਲਾਉਣ ਵਾਲੀ ਰਹਿ ਗਈ ਸੀਗੀ ਅੱਛਾ ਪੌੜੀ ਨਹੀਂ ਲਾਈ ਇਹਨੂੰ ਅਤੇ ਆਹ ਦੇਖੋ ਬਾਕੀ ਖਿੜਕੀ ਖੁੜਕੀ ਇਹਦਾ ਸਾਰਾ ਕੁਛ ਪੂਰਾ ਬਣਾਇਆ ਠੀਕ ਹੈ ਬਾਕੀ ਬਾਈ ਇੱਦਾਂ ਮਲਕ ਡਰ ਕੇ ਕਹਿੰਦੇ ਆਪਣੀ ਕੋਠੀ ਦਾ ਫੋਟੋ ਖਿੱਚ ਕੇ ਦੇ ਦੇਵੇ ਉਹ ਵੀ ਬਣਾ ਦੇਵਾਂਗੇ ਅਸੀਂ ਆਹ ਦੇਖੋ ਭੂੰਗੜਾ ਬਣਾਇਆ ਇਹ ਵਿੱਚ ਹਿਲਦਾ ਜੁਲਦਾ ਇਹ ਠੀਕ ਹੈ ਹਾਂਜੀ ਇਹ ਝੂਲਾ ਬਣਾਇਆ ਇਹ ਬਾਈ ਇਹ ਬਿਲਕੁਲ ਬਾਈ ਬਿਲਕੁਲ ਹਿਲਦਾ ਬਾਈ ਬਹੁਤ ਵਧੀਆ ਬਹੁਤ ਸੋਹਣਾ ਬਣਾਇਆ ਵਾ ਹਾਂਜੀ ਅਤੇ ਬਹੁਤ ਯਾਨੀ ਕਿ ਮਿਹਨਤ ਆ ਹੁਣ ਇਹ ਚੀਜ਼ ਨੂੰ ਲੱਕੜ ਨਾਲ ਜੋੜਨਾ ਇਸ ਚੀਜ਼ ਨੂੰ ਹੈ ਨਾ ਹਾਂਜੀ ਹਾਂਜੀ ਬਹੁਤ ਮਿਹਨਤ ਵਾਲਾ ਕੰਮ ਹੋ ਜਾਂਦਾ ਇਹ ਅਤੇ ਬਹੁਤ ਵਧੀਆ ਬਾਈ ਅਤੇ ਹੁਣ ਜੇ ਕੋਈ ਬਾਈ ਹਾਰਾ ਇਹ ਹਾਂਜੀ ਜੇ ਕੋਈ ਚਾਹਵੇ ਵੀ ਆਪਦੇ ਹਿਸਾਬ ਨਾਲ ਕੋਈ ਚੀਜ਼ ਬਣਾਉਣਾ ਤਾਂ ਉਹ ਬਣਾ ਸਕਦਾ ਤੁਹਾਡੇ ਹਾਂਜੀ ਹਾਂਜੀ ਬਾਈ ਬਣਾ ਤਾਂ ਸਕਦਾ ਉਹ ਸੰਪਰਕ ਕਰ ਲਵੇ ਬਿਲਕੁਲ ਬਣਾ ਦੇਵਾਂਗੇ ਇੱਕ ਆਹ ਬਣਾਈ ਆ ਬੋਤਲ ਇਹ ਸਾਡਾ ਗੋਤ ਸੀਗਾ ਬਾਈ ਉਦੀ ਲਿਖਤੀ ਵੀ ਕਰ ਲਈ ਦਾ ਨਾਂ ਵੀ ਲਿਖਦੀ ਦਾ ਬਾਈ ਠੀਕ ਹੈ ਠੀਕ ਹੈ ਹਾਂਜੀ ਬਿਲਕੁਲ ਲਿਖਦੀ ਵੀ ਕਰਦੀ ਦਾ ਬਾਈ ਬਾਕੀ ਬਾਈ ਚੱਲਦਾ ਮੇਰਾ ਕੰਮ ਹੌਲੀ ਹੌਲੀ ਮਿਹਨਤ ਕਰਦੇ ਜੇ ਬਾਈ ਨੂੰ ਮਿਲਣਾ ਹੈਗਾ ਤੇ ਰੰਧਾਵਾ ਬਰੋਟਾ ਪਿੰਡ ਬਾਈ ਹਾਂਜੀ ਹਾਂਜੀ ਰੰਧਾਵਾ ਬਰੋਟਾ ਭਾਜੀ ਹੁਸ਼ਿਆਰਪੁਰ ਦੇ ਨੇੜੇ ਆਦਮਪੁਰ ਦੇ ਨੇੜੇ ਹਾਂਜੀ ਆਦਮਪੁਰ ਦੇ ਵੀ ਨੇੜੇ ਪੈ ਜਾਂਦਾ ਹੁਸ਼ਿਆਰਪੁਰ ਦੇ ਵੀ ਨੇੜੇ ਪੈ ਜਾਂਦਾ ਹਾਂ ਬਾਕੀ ਪਿੰਡ ਆ ਕੇ ਤਾਂ ਮਾਜੀ ਪੁੱਛ ਲਿਓ ਬਾਈ ਠੀਕ ਬਾਈ ਬਗੀਚੇ ਦਾ ਘਰ ਪੁੱਛ ਸਕਦੇ ਹਾਂ ਤੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਬਹੁਤ ਧੰਨਵਾਦ ਬਾਈ ਤੇਰਾ ਠੀਕ ਹੈ ਬਾਈ ਮਿਹਰਬਾਨੀ ਜੀ ਧੰਨਵਾਦ ਜੀ